ਫਤਿਹਗੜ੍ਹ ਸਾਹਿਬ ਐਸਟੀਐਮ ਦਫ਼ਤਰ ਦੇ ਗੇਟ ਨੇੜੇ ਇੱਕ ਨਿਹੰਗ ਸਿੰਘ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਨੌਜਵਾਨ ਨਿਹੰਗ ਸਿੰਘ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨਿਹੰਗ ਸਿੰਘ ਦੀ ਪਛਾਣ ਬਾਗੀ ਸਿੰਘ ਵਜੋਂ ਹੋਈ ਹੈ। ਮੌਕੇ ਤੇ ਮੌਜੂਦ ਨਿਹੰਗ ਜਸਕਰਨ ਸਿੰਘ ਦਾ ਕਹਿਣਾ ਹੈ ਕਿ ਬਾਅਦ ਦੁਪਹਿਰ ਮ੍ਰਿਤਕ ਬਾਗੀ ਸਿੰਘ ਜਦੋਂ ਐਸਟੀਐਮ ਦਫ਼ਤਰ ਦੇ ਗੇਟ ਨੇੜੇ ਮੌਜੂਦ ਸੀ ਤਾਂ ਦੋ ਵਿਅਕਤੀ ਆਏ, ਜਿਨ੍ਹਾਂ ਵਿੱਚੋਂ ਇੱਕ ਨਿਹੰਗ ਸਿੰਘ ਨੇ ਆ ਕੇ ਬਾਗੀ ਸਿੰਘ ਤੋਂ 500 ਰੁਪਏ ਦੀ ਮੰਗ ਕੀਤੀ। 500 ਰੁਪਿਆ ਨਾ ਦੇਣ ਤੇ ਉਸ ਦੀ ਛਾਤੀ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਹਮਲਾਵਰ ਨਿਹੰਗ ਆਟੋ ਵਿੱਚ ਬੈਠ ਕੇ ਫਰਾਰ ਹੋ ਗਿਆ। ਇਹ ਬਾਬਾ ਜੀ, ਇਹ ਇਹਨਾਂ ਦੀ ਪੁਰਾਣੀ ਕੋਈ ਗੱਲਬਾਤ ਆ ਤੇ 500 ਰੁਪਏ ਵਿੱਚ ਲੜਾਈ ਹੋਈ ਆ। ਉਹ ਫਿਰ ਪਤਾ ਕੀ ਆ, ਉਹ ਗਾੜੀਓ ਵੇਰ ਪਿਆ, ਇਹ ਵੀ ਗਾੜੀਓ ਵੇਰ ਪਿਆ ਤੇ ਇਹਨੇ ਦੋ ਤਿੰਨ ਡਾਂਗਾ ਮਾਰੀਆ ਤੇ ਉਹਦੇ ਡਾਂਗਾ ਮਾਰੀਆ ਇਹਨੇ ਉਹਨੇ ਖੰਜਰ ਮਾਰਤਾ ਇਹਦੇ ਖੰਜਰ ਮਾਰਤਾ ਦੇ ਬਸ ਹੋਈ ਆ। ਤੇ ਇਹਦਾ ਨਾਮ ਪਤਾ ਜਿਹੜਾ ਮਰਿਆ? ਬਾਗੀ ਸਿੰਘ ਜੀ। ਕਿੱਥੇ ਦਾ ਰਹਿਣ ਵਾਲਾ ਇਹ ਬਾਬਾ ਜੀ? ਇੰਨਾ ਨਹੀਂ ਪਤਾ ਮੈਨੂੰ ਜੀ। ਤੁਸੀਂ ਉੱਥੇ ਕੀ ਕਰਨ ਗਏ ਸੀ? ਮੈਂ ਤਾਂ ਇਕੱਲੇ ਹੀ ਜਾ ਰਹੇ ਸੀ ਅੱਗੇ ਜੀ, ਤੇ ਮੈਨੂੰ ਪਿੱਛੋਂ ਆਵਾਜ਼ ਮਾਰ ਲਈ ਇਹਨੇ, ਕਿਹਾ ਉਹ ਟਿੰਕੂ, ਮੇਰਾ ਨਾਂ ਟਿੰਕੂ ਲੈਂਦੇ ਆ ਨਾ ਦਲ 'ਚ ਜੀ, ਉਹ ਟਿੰਕੂ ਨਾਂ ਲੈਂਦੇ ਆ ਜੀ। ਤੇ ਇਹਨਾਂ ਨੇ ਫਿਰ ਇਹ ਆਪਸ 'ਚ ਗੱਲ ਹੋ ਰਹੀ ਸੀ, ਇਹਨਾਂ ਦੀ ਗੱਲ ਹੋ ਰਹੀ ਸੀ ਤੇ ਉਹ ਫਿਰ ਮੈਨੂੰ ਆਵਾਜ਼ ਮਾਰ ਲਈ, ਮੈਂ ਇਹਨੂੰ ਭੱਜ ਕੇ ਫੜਿਆ ਆ ਮੈਂ। ਤੇ ਤੁਸੀਂ ਲੈ ਕੇ ਹੋਸਪਿਟਲ? ਮੈਂ ਹੋਸਪਿਟਲ ਲੈ ਕੇ ਆਇਆ ਜੀ। ਇੱਥੇ ਕੀ ਹੋਇਆ, ਪਹਿਲਾਂ ਹੀ ਡੈਥ ਹੋ ਗਈ ਸੀ ਇੱਥੇ? ਓਕੇ, ਇਹ ਮਤਲਬ ਪਿੱਛੇ ਹੀ ਹੋ ਗਈ ਹੈ ਇਹ ਡੈਥ ਮੌਕੇ ਤੇ? ਹਾਂਜੀ ਹਾਂਜੀ। ਕੀ ਮਾਰਿਆ ਕੀ ਇਹਦੇ? ਇਹਦੇ ਖੰਜਰ ਮਾਰਿਆ ਜੀ, ਕਿਰਚ ਹੁੰਦੀ ਜਿਹੜੀ, ਐਡੀ ਵੱਡੀ ਕਿਰਚ ਹੁੰਦੀ ਹੈ, ਉਹ ਮਾਰਿਆ ਜੀ, ਇਹਦੇ ਬੱਖੀ 'ਚ ਮਾਰਿਆ, ਦਿਲ ਪਾੜਤਾ। ਕਿੰਨੇ ਕੁ ਬੰਦੇ ਸੀਗੇ ਦੂਜੀ ਪਾਰਟੀ? ਉਹ ਇੱਕੋ ਸੀ ਜੀ, ਉਹ ਦੋ ਜਣੇ ਸੀ, ਉਹ ਤਾਂ ਦੋ ਜਣੇ ਸੀ ਤੇ ਉਹ ਜਦੋਂ ਇੱਕੋ ਲਗਤ ਬੜਿਆ ਨਾ ਟੈਂਪੂ ਦੇ ਵਿੱਚ, ਉਹ ਟੈਂਪੂ ਵਾਲਾ ਖੜ ਗਿਆ ਉੱਥੇ, ਉਹਨੇ ਖੰਜਰ ਖੁੰਜਰ ਮਾਰ ਕੇ ਉਹ ਟੈਂਪੂ 'ਚ ਬਹਿ ਕੇ ਗਾਂਹ ਨਿਕਲਦਾ ਪਾਰ ਗਿਆ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।